ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣੇ ਆ। ਇਹ ਸੰਡੇ ਵਾਲੇ ਦਿਨ ਦੀ ਵੀਡੀਓ ਹੈ ਜੀ। ਅੱਜ ਮੈਂ ਇੱਥੇ ਘੁੰਮਣ ਵਾਸਤੇ ਆਇਆ ਸੀਗਾ ਅਤੇ ਤੁਸੀਂ ਦੇਖ ਸਕਦੇ ਆ ਇੱਥੇ ਨਾ ਵੀ ਜਿਹੜਾ ਕਰੋਨਾ ਟੈਸਟ ਜਿਹੜੇ ਹੋ ਰਹੇ ਆ ਇੱਥੇ ਲੀਡਰਾਂ ਦੇ ਵਿੱਚ, ਲੀਡਰਾਂ ਸਟਰੀਟ ਜਿਹੜੇ ਕਹਿੰਦੇ ਆਪਣੇ ਇੱਥੇ ਜਿਹੜੇ ਨਵਾਂ ਥੱਲੇ ਨੂੰ ਪਾਰਕ ਵੀ ਬਣੀ ਹੈ, ਇੱਥੇ ਜਿਹੜੇ ਆ ਟੈਸਟ ਹੋ ਰਹੇ ਆ। ਇਹ ਟੈਸਟ ਸਾਰੇ ਫ੍ਰੀ ਹੁੰਦੇ ਆ, ਜਿੰਨੇ ਵੀ ਬੰਦੇ ਨੇ ਟੈਸਟ ਕਰਵਾਉਣਾ ਹੋਵੇ ਤਾਂ ਕਰਵਾ ਸਕਦਾ ਕਿਤੇ ਵੀ। ਅਤੇ ਇਹ ਜਿਹੜੀ ਆ ਪਾਰਕ ਬਣੀ ਆ ਥੱਲੇ, ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਜਿਹਦੇ ਵਿੱਚ ਥੱਲੇ ਕਾਫੀ ਸੋਹਣਾ ਬਣਿਆ ਹੋਇਆ, ਇਸ ਟਾਈਮ ਇਹਦੇ 'ਤੇ ਕੰਮ ਚੱਲ। ਬਾਕੀ ਲੋਕਡਾਊਨ ਦੇ ਕਰਕੇ ਨਾ ਜਿੱਦਾਂ ਵੀ ਮੈਸੇਜ ਸਿਸਟਮ ਕਰਨ ਦੇ ਕੀਤਾ ਹੋਇਆ ਇਹਨਾਂ ਨੇ, ਆਪਾਂ ਮੈਸੇਜ ਕਰਕੇ ਘੁੰਮ ਫਿਰ ਸਕਦੇ ਹਾਂ ਨਾ, ਕਿਤੇ ਜਾਣਾ ਵੀ ਆ ਕੰਮ ਉੱਥੇ ਜਾ ਸਕਦੇ ਹਾਂ। ਮੈਂ ਵੀ ਮੈਸੇਜ ਕਰਕੇ ਆਇਆ ਹੋਇਆ ਸੀਗਾ, ਫਿਰ ਵੀ ਬਹੁਤ ਸਾਰੇ ਜਿੱਦਾਂ ਦੋਸਤ ਤਾਂ ਨਹੀਂ ਆਉਂਦੇ ਹੈਗੇ ਘੱਟ ਕਰਕੇ, ਇਸ ਕਰਕੇ ਵੀ ਜੁਰਮਾਨਾ ਨਾ ਹੋ ਜਾਵੇ ਕਿਤੇ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਕੰਮ ਕਾਰ ਤਾਂ ਅੱਗੇ ਹੀ ਨੇਗੇ। ਜੇ ਜੁਰਮਾਨਾ ਹੋ ਗਿਆ 300 ਯੂਰੋ ਲੱਗ ਜਾਣਾ ਹੈ ਨਾ, ਅਤੇ ਆਪਾਂ ਨੂੰ ਜੁਰਮਾਨਾ ਆਉਂਦਾ। ਇਸ ਕਰਕੇ ਬਹੁਤ ਘੱਟ ਲੋਕ ਜਾਂਦੇ ਆ, ਪਰ ਇਹ ਲੋਕ ਜਿਹੜੇ ਆ ਇੱਥੋਂ ਦੇ ਖਾਸ ਕਰਕੇ ਜਿਹੜੇ ਵੀ ਆ ਸਾਈਪ੍ਰਸ ਦੇ, ਉਹ ਘੁੰਮਦੇ ਫਿਰਦੇ ਰਹਿੰਦੇ ਇੱਦਾਂ। ਅਤੇ ਦੇਖ ਸਕਦੇ ਆ ਤੁਸੀਂ, ਕੋਈ ਲੋਕਡਾਊਨ ਵਾਲੀ ਕੋਈ ਚੀਜ਼ ਹੈ ਨਹੀਂ ਜੀ, ਵੀ ਸਿਰਫ ਨਾਈਟ ਨੂੰ ਹੀ ਹੈ। ਬਾਕੀ ਸਾਰੇ ਜਿੰਨੇ ਵੀ ਮੈਸੇਜ ਕਰਕੇ ਵੀ ਆਏ ਹੋਏ ਆ, ਕਈ ਜਿਹਨਾਂ ਨੇ ਮੈਸੇਜ ਨਹੀਂ ਕਿ ਵੀ ਕੀਤੇ ਹੋਣੇ, ਉਹ ਵੀ ਘੁੰਮਦੇ ਫਿਰਦੇ ਆ। ਅਤੇ ਇਸ ਟਾਈਮ ਇਸ ਤਰ੍ਹਾਂ ਦੇ ਹਾਲਾਤ ਆ। ਬਾਕੀ ਆ ਜਿਹੜੇ ਮੈਂ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਦਿਖਾਊਂਗਾ, ਇਹਨੂੰ ਕਹਿੰਦੇ ਆ ਜੀ ਸੰਡੇ ਮਾਰਕੀਟ। ਇੱਥੋਂ ਵੀ ਕਾਫੀ ਜਿੱਦਾਂ ਸਸਤਾ ਸਮਾਨ ਮਿਲ ਜਾਂਦਾ, ਅਤੇ ਸੰਡੇ ਨੂੰ ਇਹ ਮਾਰਕੀਟ ਖੁੱਲ੍ਹਦੀ ਹੁੰਦੀ ਹੈ। ਅਤੇ ਬਾਕੀ ਜਿਹੜਾ ਵਾ ਜਿੱਦਾਂ ਵੀ ਜਿਹੜਾ ਭੀੜ ਭਾੜ ਉਹ ਥੋੜ੍ਹੀ ਘੱਟ ਆ, ਇਸੇ ਕਰਕੇ ਘੱਟ ਆ ਵੀ ਜਿੱਦਾਂ ਜਿਹੜਾ ਕੋਈ ਮੈਸੇਜ ਕਰਕੇ ਜਾਣਾ ਪੈਂਦਾ ਆ, ਅਤੇ ਜਿਹੜੇ ਜੁਰਮਾਨੇ ਤੋਂ ਕਾਫੀ। ਬਾਕੀ ਜਿਹੜੀ ਪੁਲਿਸ ਆ ਉਹ ਵੀ ਕਾਫੀ ਜ਼ਿਆਦਾ ਚੈੱਕ ਕਰਦੀ ਪਈ ਆ, ਅਤੇ ਮੈਸੇਜ ਵਗੈਰਾ ਦੇਖਦੇ ਆ ਸਾਰੇ, ਇਸ ਕਰਕੇ ਬਹੁਤ ਘੱਟ ਲੋਕ ਆਉਂਦੇ ਆ। ਇਹਨੂੰ ਕਹਿੰਦੇ ਆ ਜੀ ਫੁਹਾਰਾ ਚੌਂਕ ਨਿਕੋਸੀਆ ਦਾ, ਅਤੇ ਅਸੀਂ ਫੁਹਾਰਾ ਚੌਂਕ ਕਹਿ ਦਈਦਾ, ਫੁਹਾਰੇ ਚੌਂਕ ਵਾਲਾ ਜੇ ਕਿਸੇ ਨੂੰ ਮਿਲਣਾ ਵੀ ਕਿੱਥੇ ਆ ਤੂੰ, ਅਤੇ ਉਹਨੇ ਕਹਿਣਾ ਮੈਂ ਉੱਧਰ ਫੁਹਾਰੇ ਚੌਂਕ ਵਾਲਾ ਜਾਂ ਕਬੂਤਰਾਂ ਵਾਲਾ ਚੌਂਕ ਆ। ਕਬੂਤਰਾਂ ਵਾਲਾ ਚੌਂਕ ਜਿੱਦਾਂ ਲੀਡਰਾਂ ਸਟਰੀਟ ਥੱਲੇ, ਅਤੇ ਉੱਥੇ ਕਹਿੰਦੇ ਹੁੰਦੇ ਆ ਇੱਕ ਪਿੱਪਲ ਆ ਉਹਦੇ ਥੱਲੇ ਕਬੂਤਰ ਕਾਫੀ ਹੁੰਦੇ ਆ, ਲੋਕ ਉਹਨਾਂ ਨੂੰ ਚੋਗਾ ਵਗੈਰਾ ਪਾਉਂਦੇ ਆ, ਅਤੇ ਉਸ ਕਰਕੇ ਉਹਨੂੰ ਕਬੂਤਰਾਂ ਵਾਲਾ ਚੌਂਕ ਵੀ ਕਹਿ ਦਿੰਦੇ ਆ। ਇੱਕ ਹੋਰ ਹਾਸੇ ਵਾਲੀ ਜੀ ਗੱਲ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਹੀ, ਅਤੇ ਇੱਥੇ ਨਾ ਇੱਕ ਲਾਗੇ ਇੱਕ ਉਹ ਸਟੈਚੂ ਜਿਹਾ ਬਣਾਇਆ ਹੋਇਆ ਵਾ ਕੱਚ ਦਾ ਸ਼ੀਸ਼ਿਆਂ ਦਾ, ਅਤੇ ਉਹਨੂੰ ਸ਼ਕਤੀਮਾਨ ਪਾਰਕ ਕਹਿੰਦੇ, ਆਪਣੇ ਪੰਜਾਬੀ ਕਿਹੜਾ ਘੱਟ ਆ, ਉਹਦਾ ਨਾਂ ਪਾ ਦਿੱਤਾ ਜੀ ਸ਼ਕਤੀਮਾਨ ਪਾਰਕ, ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਬਾਕੀ ਹੋਰ ਸਾਰੇ ਕਿੱਦਾਂ, ਸਾਰੇ ਵੀ ਠੀਕ ਠਾਕ ਆ ਨਾ। ਅਤੇ ਮੈਂ ਅੱਜ ਮਾੜਾ ਜਿਹਾ ਇਸ ਵੀਡੀਓ ਦੇ ਵਿੱਚ ਕੁਛ ਖਾਸ ਜਾਣਕਾਰੀ ਵਾਲੀ ਗੱਲਬਾਤ ਤਾਂ ਹੈ ਨਹੀਂ ਸੀ, ਮੈਂ ਉੱਦਾਂ ਹੀ ਕਾਫੀ ਤੁਰਿਆ ਜਾਂਦਾ ਸੀਗਾ, ਅਤੇ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੇ ਹਾਂ ਅਤੇ ਸ਼ੇਅਰ ਕਰਦੇ ਦੋਸਤਾਂ ਦੇ ਨਾਲ। ਬਾਕੀ ਹੋਰ ਵਿੱਚ ਜੇ ਤੁਹਾਨੂੰ ਚੀਜ਼ਾਂ ਦਿਖਾਵਾਂਗੇ, ਕਿਸੇ ਦਿਨ ਦਿਖਾਵਾਂਗੇ ਉਹ ਵੀ ਸ਼ਕਤੀਮਾਨ ਪਾਰਕ ਵੀ, ਬਾਕੀ ਤੁਹਾਨੂੰ ਉਹ ਦਿਖਾਵਾਂਗੇ ਜਿੱਦਾਂ ਨਾਲ ਹੀ ਸਾਈਡ ਦੇ ਪਾਰਕ ਦੇ, ਹੈ ਨਾ, ਇਹ ਜਿੱਦਾਂ ਅਮੈਰੀਕਨ ਕੋਲਜ ਆ, ਦੂਜੇ ਕੋਲਜ ਵੀ ਹੈਗੇ ਆ, ਅਤੇ ਉਹ ਸਾਰੇ ਆ ਗਲੋਬਲ ਕੋਲਜ ਆ, ਸਾਰੀਆਂ ਚੀਜ਼ਾਂ ਆਪਾਂ ਪਹਿਲੀਆਂ ਵੀਡੀਓ ਵਿੱਚ ਦਿਖਾਈਆਂ। ਸੋ ਚਲੋ ਇੰਨੀ ਕੁ ਵੀਡੀਓ 'ਚ ਇੰਨੀ ਗੱਲਬਾਤ, ਫਿਰ ਮਿਲਦੇ।